ਹਾਲ ਹੀ ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿੱਥੇ 10ਵੀਂ ਤੇ 12ਵੀਂ ਦੇ ਬੱਚਿਆਂ ਦੇ ਰਿਜ਼ਲਟ ਜਿਹੜੇ ਨੇ ਐਲਾਨੇ ਗਏ ਨੇ। ਇਸ ਦੌਰਾਨ ਜਿਨ੍ਹਾਂ ਜਿਨ੍ਹਾਂ ਬੱਚਿਆਂ ਦੀ ਕੰਪਾਰਟਮੈਂਟ ਆਈ ਹੈ, ਦੱਸ ਦਈਏ ਕਿ ਉਹਨਾਂ ਦੀ ਹੁਣ ਕੰਪਾਰਟਮੈਂਟ ਨੂੰ ਲੈ ਕੇ ਵੱਡੀ ਅਪਡੇਟ ਆ ਚੁੱਕੀ ਹੈ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਦੱਸਿਆ ਜਾ ਰਿਹਾ, ਜਿਨ੍ਹਾਂ ਵਿਦਿਆਰਥੀਆਂ ਦੀ 10ਵੀਂ ਜਾਂ 12ਵੀਂ ਦੀ ਜਮਾਤ 'ਚ ਕੰਪਾਰਟਮੈਂਟ ਜਾਂ ਰੀਅਪੀਅਰ ਆਈ ਹੈ, ਉਹ ਅਧਿਕਾਰਿਤ ਵੈਬਸਾਈਟ psceb.ac.in ਤੇ ਜਾ ਕੇ ਕੰਪਾਰਟਮੈਂਟ ਪ੍ਰੀਖਿਆ ਅਰਜ਼ੀ ਫਾਰਮ ਭਰ ਸਕਦੇ ਨੇ। ਇਸਦੀ ਆਖਰੀ ਡੇਟ 25 ਮਈ ਰੱਖੀ ਗਈ ਹੈ। 25 ਮਈ ਤੋਂ ਬਾਅਦ ਦੱਸਦੀਏ ਵਿਦਿਆਰਥੀਆਂ ਨੂੰ 1000 ਰੁਪਏ ਤੇ ਲੇਟ ਫੀਸ ਅਦਾ ਕਰਨੀ ਪਵੇਗੀ। ਸਿੱਖਿਆ ਬੋਰਡ ਵੱਲੋਂ ਦਾਖਲਾ ਫਾਰਮ ਅਤੇ ਲੇਟ ਫੀਸ ਦਾ ਆਨਲਾਈਨ ਭੁਗਤਾਨ ਕਰਨ ਦੇ ਲਈ 7 ਜੂਨ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ। ਉੱਥੇ ਖੇਤਰੀ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਅਰਜ਼ੀ ਮਾਫ਼ ਜਮ੍ਹਾਂ ਕਰਨ ਦੀ ਆਖਰੀ ਮਿਤੀ ਜਿਹੜੀ ਹੈ 12 ਜੂਨ ਦੀ ਹੈ। 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਦੇਣ ਲਈ ਪ੍ਰੀਖਿਆ ਦੀ ਫੀਸ ਜਿਹੜੀ ਉਹ 1150 ਰੱਖੀ ਗਈ ਹੈ। ਦੂਜੇ ਪਾਸੇ ਹੀ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਾਰਡ ਕਾਪੀ ਸਰਟੀਫਿਕੇਟ ਫੀਸ ਸਣੇ ਪ੍ਰਤੀ ਪ੍ਰਕਿਰਿਆ 1750 ਰੁਪਏ ਲਈ 1500 ਰੁਪਏ ਅਤੇ ਵਾਧੂ ਵਿਸ਼ੇ ਲਈ 250 ਰੁਪਏ ਭੁਗਤਾਨ ਜਿਹੜਾ ਉਹ ਕਰਨਾ ਪਵੇਗਾ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਦੱਸਿਆ ਜਾ ਰਿਹਾ, ਜਿਨ੍ਹਾਂ ਵਿਦਿਆਰਥੀਆਂ ਦੀ 10ਵੀਂ ਜਾਂ 12ਵੀਂ ਦੀ ਜਮਾਤ 'ਚ ਕੰਪਾਰਟਮੈਂਟ ਜਾਂ ਰੀਅਪੀਅਰ ਆਈ ਹੈ, ਉਹ ਅਧਿਕਾਰਿਤ ਵੈਬਸਾਈਟ psceb.ac.in ਤੇ ਜਾ ਕੇ ਕੰਪਾਰਟਮੈਂਟ ਪ੍ਰੀਖਿਆ ਅਰਜ਼ੀ ਫਾਰਮ ਭਰ ਸਕਦੇ ਨੇ। ਅਤੇ ਇਸਦੀ ਆਖਰੀ ਡੇਟ 25 ਮਈ ਰੱਖੀ ਗਈ ਹੈ। 25 ਮਈ ਤੋਂ ਬਾਅਦ ਦੱਸ ਦਈਏ ਵਿਦਿਆਰਥੀਆਂ ਨੂੰ 1000 ਰੁਪਏ ਅਤੇ ਲੇਟ ਫੀਸ ਅਦਾ ਕਰਨੀ ਪਵੇਗੀ। ਸਿੱਖਿਆ ਬੋਰਡ ਵੱਲੋਂ ਦਾਖਲਾ ਫਾਰਮ ਅਤੇ ਲੇਟ ਫੀਸ ਦਾ ਆਨਲਾਈਨ ਭੁਗਤਾਨ ਕਰਨ ਦੇ ਲਈ 7 ਜੂਨ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ। ਉੱਥੇ ਖੇਤਰੀ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਅਰਜ਼ੀ ਮਾਫ਼ ਜਮ੍ਹਾਂ ਕਰਨ ਦੀ ਆਖਰੀ ਮਿਤੀ ਜਿਹੜੀ ਹੈ 12 ਜੂਨ ਦੀ ਹੈ। 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਦੇਣ ਲਈ ਪ੍ਰੀਖਿਆ ਦੀ ਫੀਸ ਜਿਹੜੀ ਉਹ 1150 ਰੱਖੀ ਗਈ ਹੈ। ਵਾਧੂ ਵਿਸ਼ੇ ਲਈ ਦੱਸ ਦਈਏ 200 ਰੁਪਏ ਤੋਂ ਹੋਰ ਅਦਾ ਕਰਨੇ ਹੋਣਗੇ, ਕਿਉਂਕਿ ਦੂਜੇ ਪਾਸੇ ਹੀ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਾਰਡ ਕਾਪੀ ਸਰਟੀਫਿਕੇਟ ਫੀਸ ਸਣੇ ਪ੍ਰਤੀ ਪ੍ਰਕਿਰਿਆ 1750 ਰੁਪਏ ਲਈ 1500 ਰੁਪਏ ਅਤੇ ਵਾਧੂ ਵਿਸ਼ੇ ਲਈ 250 ਰੁਪਏ ਭੁਗਤਾਨ ਜਿਹੜਾ ਉਹ ਕਰਨਾ ਪਵੇਗਾ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਦੱਸਿਆ ਜਾ ਰਿਹਾ, ਜਿਨ੍ਹਾਂ ਵਿਦਿਆਰਥੀਆਂ ਦੀ 10ਵੀਂ ਜਾਂ 12ਵੀਂ ਦੀ ਜਮਾਤ 'ਚ ਕੰਪਾਰਟਮੈਂਟ ਜਾਂ ਰੀਅਪੀਅਰ ਆਈ ਹੈ, ਉਹ ਅਧਿਕਾਰਿਤ ਵੈਬਸਾਈਟ psceb.ac.in ਤੇ ਜਾ ਕੇ ਕੰਪਾਰਟਮੈਂਟ ਪ੍ਰੀਖਿਆ ਅਰਜ਼ੀ ਫਾਰਮ ਭਰ ਸਕਦੇ ਨੇ। ਅਤੇ ਇਸਦੀ ਆਖਰੀ ਡੇਟ 25 ਮਈ ਰੱਖੀ ਗਈ ਹੈ। 25 ਮਈ ਤੋਂ ਬਾਅਦ ਦੱਸ ਦਈਏ ਵਿਦਿਆਰਥੀਆਂ ਨੂੰ 1000 ਰੁਪਏ ਅਤੇ ਲੇਟ ਫੀਸ ਅਦਾ ਕਰਨੀ ਪਵੇਗੀ। ਸਿੱਖਿਆ ਬੋਰਡ ਵੱਲੋਂ ਦਾਖਲਾ ਫਾਰਮ ਅਤੇ ਲੇਟ ਫੀਸ ਦਾ ਆਨਲਾਈਨ ਭੁਗਤਾਨ ਕਰਨ ਦੇ ਲਈ 7 ਜੂਨ ਆਖਰੀ ਮਿਤੀ ਨਿਰਧਾਰਤ ਕੀਤੀ ਗਈ ਹੈ। ਉੱਥੇ ਖੇਤਰੀ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਅਰਜ਼ੀ ਮਾਫ਼ ਜਮ੍ਹਾਂ ਕਰਨ ਦੀ ਆਖਰੀ ਮਿਤੀ ਜਿਹੜੀ ਹੈ 12 ਜੂਨ ਦੀ ਹੈ। 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਦੇਣ ਲਈ ਪ੍ਰੀਖਿਆ ਦੀ ਫੀਸ ਜਿਹੜੀ ਉਹ 1150 ਰੱਖੀ ਗਈ ਹੈ। ਵਾਧੂ ਵਿਸ਼ੇ ਲਈ ਦੱਸ ਦਈਏ 200 ਰੁਪਏ ਤੋਂ ਹੋਰ ਅਦਾ ਕਰਨੇ ਹੋਣਗੇ, ਕਿਉਂਕਿ ਦੂਜੇ ਪਾਸੇ ਹੀ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਾਰਡ ਕਾਪੀ ਸਰਟੀਫਿਕੇਟ ਫੀਸ ਸਣੇ ਪ੍ਰਤੀ ਪ੍ਰਕਿਰਿਆ 1750 ਰੁਪਏ ਲਈ 1500 ਰੁਪਏ ਅਤੇ ਵਾਧੂ ਵਿਸ਼ੇ ਲਈ 250 ਰੁਪਏ ਭੁਗਤਾਨ ਜਿਹੜਾ ਉਹ ਕਰਨਾ ਪਵੇਗਾ।